ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਜਦ ਸਾਡੇ ਕਿਸਾਨ ਯੂਨੀਅਨਾਂ ਨੇ ਫੈਸਲਾ ਕੀਤਾ ਕਿ ਦਿੱਲੀ ਸਰਕਾਰ ਦੇ ਸੱਦੇ 'ਚ ਉਹ ਅੱਜ ਜਾ ਕੇ ਦਿੱਲੀ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਆਪਣੀ ਗੱਲ ਰੱਖਣਗੇ, ਤਾਂ ਮਨ ਵਿੱਚ ਇੱਕ ਉਮੀਦ ਜਾਗੀ ਕਿ ਭਾਵੇਂ 1 ਜੂਨ 2020 ਤੋਂ ਜਿਹੜੀ ਮੇਰੀ ਕੋਸ਼ਿਸ਼ਾਂ ਸੀਗੀਆਂ ਕਿ ਦਿੱਲੀ ਸਰਕਾਰ ਨੂੰ ਮੈਂ ਆਹੀ ਗੱਲ ਉਹਨਾਂ ਦੇ ਮਨ 'ਚ ਵਸਾਵਾਂ ਕਿ ਤੁਸੀਂ ਕੋਈ ਵੀ ਕਾਨੂੰਨ ਲਾਉਣ ਤੋਂ ਪਹਿਲੇ ਆਪਣੇ ਕਿਸਾਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਦੇ ਮਨ ਦੇ ਸ਼ੰਕੇ ਦੂਰ ਕੀਤੇ ਜਾਏ, ਤਾਂ ਹੀ ਇਹੋ ਜਿਹੇ ਕਾਨੂੰਨ ਲਾਉਣ। ਭਾਵੇਂ ਮੈਂ ਵਿਫਲ ਹੋ ਗਈ ਅਤੇ ਮੈਂ ਉਸ ਸਰਕਾਰ ਨੂੰ ਸਮਝਾ ਨਹੀਂ ਪਾਈ, ਲੇਕਿਨ ਕੱਲ੍ਹ ਮੇਰੀ ਉਮੀਦ ਜਗੀ ਸੀ ਕਿ ਹੁਣ ਇਹ ਕਿਸਾਨ ਭਰਾ ਜਦ ਜਾਣਗੇ ਤਾਂ ਜ਼ਰੂਰ ਸਰਕਾਰ ਉਹਨਾਂ ਦੀ ਸੁਣਵਾਈ ਕਰੂਗੀ। ਲੇਕਿਨ ਅੱਜ ਦੀ ਗੱਲ ਸੁਣ ਕੇ ਮਨ ਨੂੰ ਬਹੁਤ ਵੱਡੀ ਠੇਸ ਹੀ ਨਹੀਂ ਲੱਗੀ, ਲੇਕਿਨ ਬੜਾ ਧੱਕਾ ਵੀ ਲੱਗਿਆ ਕਿ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਤੁਸੀਂ ਆਪ ਚਿੱਠੀ ਲਿਖ ਕੇ ਸੱਦਾ ਦਿੱਤਾ ਸੀ, ਉਹ ਵਿਚਾਰੇ ਜਿਹੜੇ 3-3 ਮਹੀਨੇ ਤੋਂ ਆਪ ਦੇ ਪਰਿਵਾਰਾਂ ਨਿੱਕੇ ਨਿੱਕੇ ਬੱਚਿਆਂ ਨੂੰ ਮਾਵਾਂ ਨੂੰ ਲੈ ਕੇ ਰੇਲ ਦੀ ਪਟੜੀਆਂ 'ਚ ਗਰਮੀ 'ਚ ਬੈਠੇ ਹੋਏ ਨੇ, ਆਪਣੇ ਦਿਲ ਦਾ ਰੋਸ ਪ੍ਰਗਟ ਕਰਨ ਲਈ ਆਪਣੇ ਭਵਿੱਖ ਦਾ ਡਰ ਲੈ ਕੇ ਅੱਜ ਤੁਸੀਂ ਉਹਨਾਂ ਨੂੰ ਜਦ ਦਿੱਲੀ ਸੱਦਿਆ, ਇਹ ਪੰਜਾਬ ਤੋਂ ਤੁਰ ਕੇ ਤੁਹਾਡੇ ਕੋਲ ਆਏ ਨੇ, ਅਤੇ ਫਿਰ ਤੁਹਾਡੇ ਕੋਲ ਇੰਨਾ ਸਮਾਂ ਵੀ ਨਹੀਂ ਕਿ ਕੋਈ ਮੰਤਰੀ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਗੱਲ ਸੁਣ ਲਏ। ਇੱਕ ਪਾਸੇ ਤਾਂ ਤੁਸੀਂ ਮੰਤਰੀਆਂ ਦੀ ਭੀੜ ਲਾ ਰਹੇ ਹੋ ਕਿ ਆ ਕੇ ਇੱਥੇ ਪੰਜਾਬ 'ਚ ਕਿਸਾਨਾਂ ਨਾਲ ਗੱਲ ਕਰਨ, ਲੇਕਿਨ ਜਦ ਆਹੀ ਕਿਸਾਨ ਤੁਸੀਂ ਬੁਲਾ ਕੇ ਦਿੱਲੀ ਬਣਾ ਤਾਂ ਤੁਹਾਡਾ ਮੰਤਰੀ ਵੀ ਨਹੀਂ ਮਿਲ ਸਕਦਾ। ਅਸੀਂ ਤਾਂ ਆਸ ਕਰਦੇ ਸੀ ਕਿ ਪ੍ਰਧਾਨ ਮੰਤਰੀ ਜੀ ਵਿੱਚ ਪੈਣਗੇ, ਕਿਉਂਕਿ ਇੰਨਾ ਪਾਣੀ ਹੁਣ ਸਿਰ ਤੋਂ ਉੱਪਰੋਂ ਲੰਘ ਗਿਆ, ਇੰਨੀ ਹਾਲਾਤ ਵਿਗੜਨ ਵਾਲੇ ਹੋ ਗਏ ਨੇ ਦੇਸ਼ ਭਰ 'ਚ ਕਿ ਪ੍ਰਧਾਨ ਮੰਤਰੀ ਜੀ ਸੁਣਨਗੇ, ਲੇਕਿਨ ਉਹ ਤਾਂ ਛੱਡੋ, ਕ੍ਰਿਸ਼ੀ ਮੰਤਰੀ ਦੀ ਵੀ ਨਹੀਂ ਸੁਣੇ। ਕੱਲੇ ਇੱਕ ਅਫਸਰ ਇੱਕ ਕਲਰਕ ਦੇ ਉਹਨਾਂ ਨੂੰ ਮੱਥੇ ਲਾਤਾ ਉੱਥੇ ਬੁਲਾ ਕੇ। ਇਸ ਤੋਂ ਵੱਡੀ ਇਨਸਲਟ, ਤੋਹੀਨ ਉਸ ਮਿਹਨਤੀ ਕਿਸਾਨ ਦੀ ਕੀ ਹੋ ਸਕਦੀ ਹੈ ਜਿਹੜੇ ਕਿਸਾਨ ਨੇ, ਜਦ ਸਾਡੇ ਦੇਸ਼ ਵਿੱਚ ਲੋਕਾਂ ਨੂੰ ਖਾਣ ਵਾਸਤੇ ਨਹੀਂ ਹੁੰਦਾ ਸੀ, ਆਹੀ ਮਿਹਨਤੀ ਕਿਸਾਨਾਂ ਨੇ ਖੂਨ ਪਸੀਨਾ ਇੱਕ ਕਰਕੇ ਸਾਡੇ ਦੇਸ਼ ਦੇ ਅੰਨ ਭੰਡਾਰ ਨੂੰ ਭਰ ਕੇ ਅੱਜ ਤੱਕ ਦੇਸ਼ ਦਾ ਢਿੱਡ ਭਰਨ ਦਾ ਸਭ ਤੋਂ ਵੱਡਾ ਯੋਗਦਾਨ ਆਹੀ ਕਿਸਾਨ ਪਾਉਂਦੇ ਨੇ, ਅਤੇ ਉਹਨਾਂ ਵਾਸਤੇ ਸਰਕਾਰਾਂ ਨੂੰ ਸਮਾਂ ਨਹੀਂ। ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਦੀ ਨੀਤੀ ਅਤੇ ਨੀਅਤ ਅੱਜ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਗਈ ਹੈ, ਅਤੇ ਮੈਂ ਆਹੀ ਬੇਨਤੀ ਕਰਾਂਗੀ ਕਿ ਹੁਣ ਸੰਘਰਸ਼ ਹੋਰ ਤੇਜ਼ ਕਰਨਾ ਪਊਗਾ, ਹੁਣ ਸਮਾਂ ਆ ਗਿਆ ਹੈਗਾ, ਕਿਉਂਕਿ ਇਹ ਕਹਿ ਕੁਛ ਰਹੇ ਨੇ। ਮੈਂ ਸਮਝਦੀ ਸੀ ਕਿ 25 ਮੰਤਰੀਆਂ ਦੇ ਵਿੱਚ ਮੇਰੀ ਆਵਾਜ਼ ਨਹੀਂ ਸੁਣੀ ਗਈ, ਲੇਕਿਨ ਜਿੱਥੇ 3 ਮਹੀਨੇ ਦੀ ਲੱਖਾਂ ਕਿਸਾਨਾਂ ਦੀ ਅੱਜ ਸਾਰੀ ਯੂਨੀਅਨਾਂ ਨੂੰ ਬੁਲਾ ਕੇ ਉਹਨਾਂ ਦੀ ਵੀ ਸੁਣੀ ਗਈ, ਤਾਂ ਮੇਰੀ ਤਾਂ ਕੀ ਸੁਣੀ ਸੀ। ਹੁਣ ਸਾਨੂੰ ਸੰਘਰਸ਼ ਤੇਜ਼ ਕਰਨਾ ਪਊਗਾ, ਦੇਸ਼ ਭਰ 'ਚ ਸਾਰੇ ਕਿਸਾਨ ਪੱਖੀ ਪਾਰਟੀਆਂ ਨੂੰ ਇਕੱਠਾ ਕਰਕੇ ਅੱਜ ਕਿਸਾਨ ਵਿਰੋਧੀ ਪਾਰਟੀਆਂ ਨੂੰ ਬੇਨਕਾਬ ਕਰਨਾ ਪਊਗਾ। ਮੈਂ ਅੱਜ ਕੇਂਦਰ ਦੀ ਸਰਕਾਰ ਨੂੰ ਵੀ ਕਹਿੰਦੀ ਹਾਂ ਕਿ ਜਿਹੜੇ ਤੁਹਾਡੇ ਮੰਤਰੀ ਕਹਿੰਦੇ ਨੇ ਇੱਥੇ ਆ ਕੇ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਸੀ, ਸਾਨੂੰ ਦੱਸੋ ਪੰਜਾਬ 'ਚ ਕਿਹੜੇ ਕਿਸਾਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ। ਜਿਹੜੀ ਤੁਸੀਂ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਰਕਾਰਾਂ ਨਾਲ, ਉਹਨਾਂ ਦੇ ਨੁਮਾਇੰਦਿਆਂ ਨਾਲ ਗਏ, ਸਾਨੂੰ ਸਾਫ਼ ਪਤਾ ਲੱਗੇ ਕਿ ਪੰਜਾਬ ਦੇ ਕਿਹੜੇ ਨੁਮਾਇੰਦੇ ਦੇ ਨਾਲ ਕੀ ਗੱਲ ਹੋਈ ਸੀ, ਇਹ ਬਿਲਕੁਲ ਸਾਫ਼ ਕੀਤਾ ਜਾਏ ਕਿ ਕਿਹਨੇ ਕੀ ਕਿਹਾ ਅਤੇ ਅੱਜ ਕੌਣ ਕਿੱਥੇ ਖੜਿਆ ਹੈ, ਕਿਉਂਕਿ ਇਹ ਦੋਗਲੀ ਰਾਜਨੀਤੀ ਨਹੀਂ ਚੱਲੇਗੀ, ਭਾਵੇਂ ਕੇਂਦਰ ਦੀ ਹੋਏ ਜਾਂ ਸੂਬੇ ਦੀ ਸਰਕਾਰ ਦੀ ਹੋਏ। ਅੱਜ ਸਾਰਿਆਂ ਨੂੰ ਆਪਣਾ ਪੱਖ ਸਾਫ਼ ਕਰਨਾ ਪਊਗਾ, ਖੁੱਲ੍ਹ ਕੇ ਅੱਗੇ ਆਉਣਾ ਪਊਗਾ। ਜਿਨ੍ਹਾਂ ਨੇ ਪਹਿਲੇ ਇਹਦੀ ਸਹਿਮਤੀ ਕਰਕੇ ਅੱਜ ਨੂਰਾ ਕੁਸ਼ਤੀ ਕਰਦੇ ਨੇ ਕੇਂਦਰ ਦੇ ਨਾਲ, ਬੋਲਦੇ ਕੁਛ ਨੇ, ਕਰਦੇ ਕੁਛ ਨੇ, ਲੇਕਿਨ ਹਕੀਕਤ ਕੀ ਹੈਗੀ, ਉਹ ਸੂਬੇ ਦੀ ਸਰਕਾਰ ਬਾਰੇ ਵੀ ਲੋਕਾਂ ਨੂੰ ਚਾਨਣ ਹੋ ਗਿਆ। ਲੇਕਿਨ ਇਸ ਲੜਾਈ ਨੂੰ ਹੁਣ ਅੱਗੇ ਲਿਜਾਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਆਪਣਾ ਸਾਰਾ ਕੁਛ ਛੱਡਤਾ ਕਿ ਸਾਨੂੰ ਸਾਡਾ ਕਿਸਾਨ ਪਿਆਰਾ, ਸਾਡੇ ਮਜ਼ਦੂਰ ਪਿਆਰੇ, ਸਾਡੇ ਆੜ੍ਹਤੀਏ ਪਿਆਰੇ, ਸਾਡੇ ਗਰੀਬ ਪਿਆਰੇ, ਨਾ ਕੋਈ ਸਾਡੇ ਵਾਸਤੇ ਗਠਬੰਧਨ ਪਿਆਰਾ ਅਤੇ ਨਾ ਹੀ ਕੋਈ ਸਰਕਾਰ 'ਚ ਅਹੁਦਾ ਪਿਆਰਾ। ਅੱਜ ਸ਼੍ਰੋਮਣੀ ਅਕਾਲੀ ਦਲ ਆਪਣਿਆਂ ਨਾਲ ਖੜ ਕੇ, ਮੋਢੇ ਦੇ ਨਾਲ ਮੋਢਾ ਲਗਾ ਕੇ ਇਸ ਸੰਘਰਸ਼ ਨੂੰ ਉਸ ਸਿਖਰ ਤਾਈਂ ਲੈ ਕੇ ਜਾਊਗਾ ਜਦੋਂ ਤੋਂ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਅਤੇ ਜਿਹੜੇ ਲੋਕਾਂ ਨੇ ਅੱਜ ਸਾਡੇ ਕਿਸਾਨਾਂ ਨੂੰ ਧੋਖਾ ਹੀ ਨਹੀਂ ਦਿੱਤਾ, ਲੇਕਿਨ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਇਨਸਲਟ ਕੀਤੀ ਹੈ, ਇਸ ਇਨਸਲਟ ਦਾ ਜਵਾਬ ਸਾਡੇ ਪੰਜਾਬ ਦੇ ਕਿਸਾਨ ਕੇਂਦਰ ਦੀ ਸਰਕਾਰ ਨੂੰ ਜ਼ਰੂਰ ਦੇਣਗੇ।